ਹਾਈ एवरीवन ਸੋ ਇੱਕ ਕੁਐਸਚਨ ਮੇਰੇ ਤੋਂ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਅਸੀਂ ਆਪਣੇ ਦਿਨ ਦਾ ਪਹਿਲਾ ਮੀਲ ਕਿਹੜਾ ਲਈਏ ਸੋ ਦੀ ਗੋਲਡਨ ਰੂਲ ਇਜ਼ ਟੇਕ ਹਾਈ ਫਾਈਬਰ ਹਾਈ ਪ੍ਰੋਟੀਨ ਐਂਡ ਲੋ ਕਾਰਬਸ ਮੀਲ ਸੋ ਮੈਂ ਆਪਣੇ ਪਹਿਲਾ ਮੀਲ ਸਮੂਦੀ ਲੈਣਾ ਪਸੰਦ ਕਰਦਾ ਉਹਦੇ ਵਿੱਚ ਮੈਂ ਕੀ ਕਰਦਾ ਦੋ ਸਕੂਪ ਪ੍ਰੋਟੀਨ ਦੇ ਐਡ ਕਰ ਲੈਣਾ ਔਰ ਪਲੱਸ ਮੈਂ ਇਹਦੇ ਵਿੱਚ ਆਪਣੇ ਚੀਆ ਸੀਡਸ ਫਲੈਕਸ ਸੀਡਸ ਸਾਰੇ ਟਾਈਪ ਦੇ ਸੀਡਸ ਐਡ ਕਰ ਲੇ ਫॉर ਹਾਈ ਫਾਈਬਰ ਪਲੱਸ ਮੇ ਦੇ ਵਿੱਚ ਕਾਰਬੋਹਾਈਡਰੇਟਸ ਲਈ ਫਰੂਟਸ ਐਡ ਕਰ ਲੈ ਸੋ ਪਹਿਲਾ ਮੀਲ ਪੂਰਾ ਮਤਲਬ ਇਹ ਹੈ ਕਿ ਬਾਡੀ ਦੇ ਵਿੱਚ ਜ਼ਿਆਦਾ ਟਾਈਮ ਤੱਕ ਰਹਿੰਦਾ ਹੈ ਔਰ ਲੌਂਗ ਲਾਸਟਿੰਗ ਤੁਹਾਨੂੰ ਭੁੱਖ ਨਹੀਂ ਲੱਗਦੀ ਫੇਵਰਿਟ ਸਪਲੀਮੈਂਟ ਐਡ ਕਰ ਸਕਦੇ ਹੋ ਐਂਡ ਜੇ ਤੁਹਾਨੂੰ ਸਮੂਦੀ ਨਹੀਂ ਪਸੰਦ ਤਾਂ ਤੁਸੀਂ ਐਗਸ ਲੈ ਸਕਦੇ ਹੋ ਨਾਲ ਸੌਟੇ ਵੈਜੀਟੇਬਲਸ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਪਰ ਤੁਸੀਂ ਇੱਕ ਚੀਜ਼ ਦੀ ਕੋਸ਼ਿਸ਼ ਇਹੀ ਕਰਿਓ ਕਿ ਤੁਸੀਂ ਆਪਣੇ ਦਿਨ ਦਾ ਪਹਿਲਾ ਮੀਲ ਆ ਜਿਹੜਾ ਉਹ ਹਾਈ ਅਮਾਉਂਟ ਆਫ ਫਾਈਬਰ ਐਂਡ ਹਾਈ ਅਮਾਉਂਟ ਆਫ ਪ੍ਰੋਟੀਨ ਵਾਲਾ ਲਓ। ਇਹ ਸੀ ਮੇਰੀ ਛੋਟੀ ਜੀ ਵੀਡੀਓ। ਥੈਂਕ ਯੂ ਸੋ ਮਚ।